ਬੋਲਤੇ ਕਰਨ ਖੜਾ ਕੇ ਮਾਣੋਂ ਉਹਨਾਂ ਦੀ ਯਾਰੀ ਦਾ ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਸਾਡੀ YouTube ਚੈਨਲ ਤੇ ਅੱਜ ਅਪ ਤੁਹਾਡੇ ਲਈ ਨਵੀਂ ਤਰ੍ਹਾਂ ਦਾ ਫੈਕਟ ਜਿਹੜਾ ਲੈ ਕੇ ਆਇਆ ਜੇਕਰ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਸਟੇਟਸ ਤਰ੍ਹਾਂ ਚਾਹੁੰਦੇ ਤਾਂ ਵੀਡੀਓ ਨੂੰ ਐਂਡ ਤੱਕ ਦੇਖ ਲਓ ਕਿਉਂਕਿ ਤੁਹਾਡੇ ਇਦਾਂ ਸਮਝ ਵਿੱਚ ਨਹੀਂ ਆਵੇਗਾ ਤੇ ਜੇਕਰ ਆਪਣਾ ਚੈਨਲ ਤੁਹਾਨੂੰ ਵਧੀਆ ਲੱਗਦਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਸਭ ਤੋਂ ਪਹਿਲਾਂ ਇੱਥੇ ਜਿਹੜਾ ਕਨਮਾਸਟ ਓਪਨ ਕਰ ਲੈਣਾ ਹੈਗਾ ਕੈਨ ਮਸਟ ਓਪਨ ਕਰਨ ਤੋਂ ਬਾਅਦ ਆਪਾਂ ਕਰੀਟ ਨਿਊ ਤੇ ਕਲਿੱਕ ਕਰਕੇ 4.5 ਵਾਲਾ ਜਿਹੜਾ ਆਪਾਂ ਸਾਈਜ਼ ਸਿਲੇਕਟ ਕਰ ਲੈਣਾ ਹੈਗਾ ਸਾਈਜ਼ ਸਿਲੇਕਟ ਕਰਨ ਤੋਂ ਬਾਅਦ ਆਪਾਂ ਜਿਹੜਾ ਬਲੈਕ ਬੈਗ ਹੁਣ ਆਪਣਾ ਸਿਲੇਕਟ ਕਰ ਲੈਣੇ ਆ ਤੇ ਇਸ ਦੀ ਜਿਹੜੀ ਲੈਂਥ ਆਪਾਂ 28 ਸੈਕਿੰਡ ਤੱਕ ਵਧਾ ਦੇਣੀ ਹੈਗੀ ਇਸ ਤੋਂ ਬਾਅਦ ਆਪਾਂ ਲਰਮਟ ਤੇ ਜਾ ਕੇ ਜਿਹੜਾ ਆਪਣਾ ਫੈਕਟ ਆ ਉਹ ਆਪਾਂ ਸਿਲੇਕਟ ਕਰ ਲੈਣੇ ਆ ਫਰਕਟ ਸਿਲੈਕਟ ਕਰਨ ਤੋਂ ਬਾਅਦ ਆਪਾਂ ਸਪਲੈਂਡਰ ਸਕਰੀਨ ਤੇ ਜਾ ਕੇ ਇਸ ਨੂੰ ਆਪਾਂ ਫੁੱਲ ਸਕਰੀਨ ਕਰ ਦੇਣਾਗਾ ਫੁੱਲ ਸਕਰੀਨ ਕਰਨ ਤੋਂ ਬਾਅਦ ਆਪਾਂ ਕ੍ਰੋਮਾ ਕਿਤੇ ਜਾ ਕੇ ਇਸ ਨੂੰ ਆਪਾਂ ਨੇਵਲ ਕਰ ਦੇਣਾ ਨੇਵਲ ਕਰਨ ਤੋਂ ਬਾਅਦ ਜਿਹੜੀ ਉੱਪਰ ਤੁਹਾਨੂੰ 28 ਵਾਲੀ ਜਿਹੜੀ ਲਾਈਨ ਨਜ਼ਰ ਆ ਰਹੀ ਹੈ ਉਸ ਨੂੰ ਵਧਾ ਦੇਣੀ ਹੈ ਇਦਾਂ ਜਿਹੜਾ ਵਾਈਟ ਜਿਹਾ ਹੋ ਜਾਊਗਾ ਇਸ ਤੋਂ ਬਾਅਦ ਆਪਾਂ ਲਰਮਟ ਤੇ ਜਾ ਕੇ ਜਿਹੜੀ ਆਪਣੀ ਫੋਟੋ ਆ ਫੋਟੋ ਜਿਹੜੀ ਆਪਾਂ ਸਿਲੈਕਟ ਕਰ ਲੈਨੇ ਆ ਫੋਟੋ ਸਿਲੈਕਟ ਕਰਨ ਤੋਂ ਬਾਅਦ ਆਪਾਂ ਸਪਲੈਂਡਰ ਸਕਰੀਨ ਤੇ ਜਾ ਕੇ ਇਸ ਨੂੰ ਆਪਾਂ ਫੋਲੋ ਸਕਰੀਨ ਕਰ ਲੈਣੀ ਆ ਫੋਲੋ ਸਕਰੀਨ ਕਰਨ ਤੋਂ ਬਾਅਦ ਆਪਾਂ 3 ਡਾਟ ਤੇ ਜਾ ਕੇ ਇਸ ਨੂੰ ਸੈਂਟ ਟੂ ਬੈਕ ਕਰ ਦੇਣਾ ਇਦਾਂ ਤੁਸੀਂ ਦੇਖ ਸਕਦੇ ਹੋ ਫੋਟੋ ਆਪਣੀ ਬੈਕ ਚਲੀ ਜਾਵੇਗੀ ਅਫੈਕਟ ਤੋਂ ਇਸ ਤੋਂ ਬਾਅਦ ਆਪਾਂ ਇਹਦੀ ਜਿਹੜੀ ਲੇਅਰ ਫੋਲੋ ਕਰ ਦੇਣੀ ਆ ਤੇ ਜਿਹੜੇ ਆਪਣੇ ਅਫੈਕਟ ਦੀ ਲੇਅਰ ਹੈਗੀ ਜਿਹੜੀ ਵੱਧੀ ਆ ਉਹਨੂੰ ਆਪਾਂ ਜਿਹੜੀ ਕੱਟ ਕਰ ਦਿੰਨੇ ਆ ਇਸ ਤੋਂ ਬਾਅਦ ਆਪਾਂ ਲਿਰਮਟ ਤੇ ਜਾ ਕੇ ਜਿਹੜਾ ਆਪਣਾ ਰੈੱਡ ਸਕਰੀਨ ਵਾਲਾ ਸਟੇਟਸ ਆ ਉਹ ਆਪਾਂ ਸਿਲੈਕਟ ਕਰ ਲੈਣੇ ਆ ਰੇਡ ਸਕਰੀਨ ਜਿਹੜੀ ਸelect ਕਰਨ ਤੋਂ ਬਾਅਦ ਆਪਾਂ cropping ਤੇ ਜਾ ਕੇ ਜਿਹੜੇ ਭਰਾ ਦਾ ਲੋਗੋ ਆ ਉਹ ਆਪਾਂ crop ਕਰ ਲੈਨੇ ਆ ਮਤਲਬ ਕਿ ਵੀ ਹਟਾ ਦਿੰਨੇ ਆ ਇਸ ਤੋਂ ਬਾਅਦ ਆਪਾਂ ਜਿਹੜਾ chroma key ਤੇ ਜਾ ਕੇ ਇਸ ਨੂੰ ਆਪਾਂ enable ਕਰ ਦੇਣਾਗਾ ਨੇਵਲ ਕਰਨ ਤੋਂ ਬਾਅਦ ਜਿੱਥੇ ਤੁਸੀਂ ਇਹਨੂੰ ਸੈੱਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸੈੱਟ ਕਰ ਲੈਣਾ ਜਿਵੇਂ ਕਿ ਆਪਾਂ ਇਹਨੂੰ نیچے ਇਦਾਂ ਸੈੱਟ ਕਰ ਦੇਣਾਗਾ ਉਸ ਤੋਂ ਬਾਅਦ ਆਪਾਂ ਲਿਮਟ ਤੇ ਜਾ ਕੇ ਜਿਹੜਾ ਆਪਣਾ ਲੋਗ ਰਹੇਗਾ ਲੋਗ ਜਿਹੜਾ ਆਪਾਂ ਸੈਲੈਕਟ ਕਰ ਲੈਨੇ ਆ ਕਿਉਂਕਿ ਇਸ ਤੇ ਜਿਹੜਾ ਬਾਡਰ ਲਾਉਣ ਦੀ ਲੋੜ ਹੀ ਨਹੀਂ ਕਿਉਂਕਿ ਇਦਾਂ ਜਿਹੜਾ ਆਪਣਾ ਸਟੇਟਸ ਵਧੀਆ ਲੱਗਦਾਗਾ ਬਾਡਰ ਲਾਉਣ ਦੀ ਤੁਹਾਨੂੰ ਲੋੜ ਨਹੀਂਗੀ ਇਸ ਤੋਂ ਬਾਅਦ ਜਿਹੜਾ ਆਪਣਾ ਲੋਗੋ ਆ ਲੋਗੋ ਜਿਹੜਾ ਆਪਾਂ ਸੈਲੈਕਟ ਕਰ ਲੈਨੇ ਆ ਲੋਗੋ ਸelect ਕਰਨ ਤੋਂ ਬਾਅਦ ਐਦਾਂ ਆਪਾਂ ਲੋਗ ਦਾ ਕਾਰਜ ਜਿਹੜਾ ਛੋਟਾ ਕਰਕੇ ਇੱਥੇ ਕੱਪਾ ਜਿਹੜਾ ਇਹਨੂੰ ਸੈੱਟ ਕਰ ਦੇਣਾ ਸੈੱਟ ਕਰਨ ਤੋਂ ਬਾਅਦ ਆਪਾਂ ਇਹਦੀ ਜਿਹੜੀ ਲੇਅਰ ਆ ਫੁੱਲ ਕਰ ਦੇਣੀ ਆ ਇਸ ਤਰ੍ਹਾਂ ਜਿਹੜਾ ਆਪਣਾ ਸਟੇਟਸ ਬਣ ਕੇ ਤਿਆਰ ਹੋ ਚੁੱਕਿਆਗਾ ਇਸ ਤਰ੍ਹਾਂ ਤੁਸੀਂ ਜਿਹੜਾ ਆਪਣਾ ਸਟੇਟਸ ਤਿਆਰ ਕਰ ਸਕਦੇ ਹੋ ਜੇਕਰ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਪਣਾ ਫੈਕਟ ਤੁਹਾਨੂੰ ਕਿਵੇਂ ਲੱਗਾ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਦੇਖਣ ਲਈ ਧੰਨਵਾਦ ਸ਼ੁਕਰੀਆ